ਇਹ ਸਾਡਾ ਹੋਟ ਸੇਲਿੰਗ ਪ੍ਰੋਡਕਟ ਹੈ, ਹਰ ਘਰ ਦੀ ਡਿਮਾਂਡ ਹੈ, ਬਿਲਕੁਲ ਜੀ, ਹਰੇਕ ਘਰ ਦੇ ਵਿੱਚ ਜ਼ਰੂਰੀ ਹੈ, ਪਿੰਡਾਂ ਦੇ ਵਿੱਚ ਵੀ ਖਾਸ ਕਰ ਜ਼ਿਆਦਾ ਜ਼ਰੂਰੀ ਹੈ। ਮੋਟਰਾਂ ਤੇ ਕਿਉਂ ਜ਼ਰੂਰੀ ਹੈ, ਜਿਵੇਂ ਆਪਾਂ ਬਾਹਰ ਅੰਦਰ ਜਾਣਾ, ਟਰੈਵਲਿੰਗ ਦੇ ਵਿੱਚ ਜਾਣਾ, ਕਿੱਥੇ ਵੀ ਜਾਣਾ, ਫੈਮਿਲੀ ਨੇ ਜਾਣਾ ਜਾਂ ਦੋ ਬੰਦਿਆਂ ਨੇ ਜਾਣਾ ਜਾਂ ਪਹਾੜਾਂ ਦੇ ਵਿੱਚ ਜਾਣਾ ਹੁਣ ਘੁੰਮਣ ਦੇ ਵਿੱਚ, ਤਾਂ ਉੱਥੇ ਕਿਆ ਹੁੰਦਾ ਕਿ ਬੱਚੇ ਹੁਣ ਕਹਿੰਦੇ ਮੈਗੀ ਬਣਾਉਣੀ ਹੈ, ਕੁਛ ਵੀ ਚਾਹ ਵੀ ਬਣਾਉਣੀ, ਆਪਣੇ ਕੁਛ ਵੀ ਬਣਾਉਣੀ ਹੈ, ਤਾਂ ਆਪਾਂ ਇਸ ਨੂੰ ਆਪਣਾ ਲੈ ਕੇ ਜਾ ਸਕਦੇ ਹਾਂ ਬੈਗ ਦੇ ਵਿੱਚ। ਪਾ ਹੈਗੀ ਹੈ ਵਾਟਰ ਟੇਪ ਜੀ, ਕਿ ਆਪਾਂ ਇਹ ਵੀਡੀਓਜ਼ ਦੇ ਵਿੱਚ ਦੇਖੀ ਹੋਗੀ, ਫੇਸਬੁੱਕ ਤੇ ਇੰਸਟਾਗ੍ਰਾਮ ਜਾਂ ਕਿੱਥੇ ਵੀ ਆਪਾਂ ਵੀਡੀਓਜ਼ ਦੇ ਵਿੱਚ ਦੇਖੀ ਹੋਗੀ, ਤਾਂ ਆਪਾਂ ਸੋਚਦੇ ਹਾਂ ਯਾਰ ਇਹ ਚੀਜ਼ ਸਾਨੂੰ ਚਾਹੀਦੀ ਹੈ, ਸਾਡੇ ਘਰਾਂ ਦੇ ਵਿੱਚ ਲੋੜ ਹੈ, ਟੱਬ ਲੀਕ ਹੋ ਗਿਆ ਜਾਂ ਕੁਛ ਵੀ ਲੀਕ ਹੋ ਗਿਆ, ਕੋਈ ਪਾਈਪ ਟੁੱਟ ਗਈ, ਬਿਲਕੁਲ, ਤਾਂ ਇਹ ਆਈਟਮ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ। ਇਹ ਤੁਹਾਨੂੰ ਬੋਤਲ ਲੱਗਦੀ ਹੈ ਦੇਖਣ ਨੂੰ, ਇਹਨੂੰ ਸਸਪੈਂਸ ਬਣਾ ਕੇ ਨਹੀਂ ਰੱਖਦੇ, ਇਹਦਾ ਪਹਿਲਾਂ ਹੀ ਖੋਲ ਦਿੰਦੇ ਆ ਜੀ। ਇਹ ਦੱਸੋ ਜੀ ਕੀ ਚੀਜ਼ ਹੈ ਜੀ? ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਇੱਕ ਨਵੀਂ ਇੰਟਰਸਟਿੰਗ ਵੀਡੀਓ ਲੈ ਕੇ, ਬਹੁਤ ਘੈਂਟ ਚੀਜ਼ਾਂ ਲੈ ਕੇ ਆਏ ਹਾਂ ਤੁਹਾਡੇ ਕੋਲੇ। ਪਹਿਲਾਂ ਮੈਂ ਦੱਸ ਦਿਆਂ ਵੀ ਜਿਹੜੀਆਂ ਚੀਜ਼ਾਂ ਅਸੀਂ ਟੀਵੀ ਦੇ ਵਿੱਚ ਜਾਂ ਰੀਲਾਂ 'ਚ ਆਮ ਤੌਰ 'ਤੇ ਇੰਸਟਾ ਫੇਸਬੁੱਕ 'ਤੇ ਦੇਖਦੇ ਹੁੰਦੇ ਹਾਂ, ਸੋਚਦੇ ਨੇ ਯਾਰ ਆਹ ਚੀਜ਼ਾਂ ਚਾਈਨਾ ਦੇ ਵਿੱਚ ਨੇ ਜਾਂ ਫਲਾਨੇ ਦੇਸ਼ 'ਚ ਨੇ, ਆਪਾਂ ਨੂੰ ਕਿੱਥੋਂ ਮਿਲਣਗੀਆਂ। ਇੱਕ ਹੋਰ ਇੰਟਰਸਟਿੰਗ ਚੀਜ਼ ਆਹ ਚੀਜ਼ ਹੈ ਜੀ, ਇਹ ਮੀਂਹ ਪੈਂਦੇ 'ਚ ਬੱਚੇ ਨੂੰ ਢੱਕ, ਬੰਦੇ ਨੂੰ ਢੱਕ ਸਕਦਾ, ਸੋਰੀ, ਇਨਸਾਨ ਨੂੰ ਕਵਰ ਕਰਦਾ ਗਾ। ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ, ਬਾਹਰੋਂ ਦੇਖਣ ਨੂੰ ਕੁਛ ਹੋਰ ਅਤੇ ਅੰਦਰੋਂ ਬਹੁਤ ਹੀ ਘੈਂਟ ਨਿਕਲਦੀਆਂ ਨੇ। ਆਪਾਂ ਖੜੇ ਹਾਂ ਇਸ ਟਾਈਮ ਬੈਸਟ ਬਾਏ ਪਟਿਆਲਾ ਪ੍ਰਤਾਪ ਨਗਰ ਨੇੜੇ 24 ਨੰਬਰ ਫਾਟਕ ਦੇ ਵਿੱਚ, ਉਹ ਚੀਜ਼ਾਂ ਲੈ ਕੇ ਆਏ ਹਾਂ ਤੁਹਾਨੂੰ, ਜਿਹੜੀਆਂ ਚੀਜ਼ਾਂ ਬਾਰੇ ਤੁਸੀਂ ਸੋਚ ਨਹੀਂ ਸਕਦੇ। ਇੱਕ ਵਾਰੀ ਨਿਗਾਹ ਮਰਵਾ ਦਿਓ, ਵੱਡੀ ਗੱਲ ਚੀਜ਼ਾਂ ਸਿਰੇ ਦੀਆਂ, ਰੈਸਟ ਰੇਟ ਬੈਸਟ, ਤੁਸੀਂ ਵੀ ਖੁਸ਼ ਹੋ ਜਾਓਗੇ ਰੇਟ ਸੁਣ ਕੇ, ਖਰੀਦ ਕੇ ਚੀਜ਼ ਤੁਹਾਡੇ ਕੰਮ ਦੀ ਚੀਜ਼ ਆ। ਬਹੁਤ ਸਾਰੀਆਂ ਚੀਜ਼ਾਂ ਨੇ, ਗੱਲਬਾਤ ਕਰਦੇ ਹਾਂ ਸਮਿਤ ਗਰਗ ਜੀ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ ਹੋ ਜੀ? ਠੀਕ ਹੈ ਜੀ, ਠੀਕ ਹੈ। ਬਹੁਤ ਸੋਹਣੀਆਂ ਲੱਗੀਆਂ ਚੀਜ਼ਾਂ ਜੀ। ਪਹਿਲੀ ਗੱਲ ਤਾਂ ਆਹ ਸਸਪੈਂਸ ਬਣਾ ਕੇ ਰੱਖਣਾ ਜੀ ਆਪਾਂ ਨੇ, ਇਹ ਬਾਅਦ 'ਚ ਦੱਸਾਂਗੇ। ਮੀਂਹ ਪੈਂਦੇ ਦੇ ਵਿੱਚ ਤੁਹਾਡੇ ਬਹੁਤ ਕੰਮ ਦੀ ਚੀਜ਼ ਆ ਇਹ ਛੋਟੀ ਜੀ ਨਾ ਜਾਣਿਓ, ਇਹ ਉਹ ਆ ਕਹਿੰਦੇ ਨੇ ਵੀ ਚੂਹਾ ਜਾਦੂ ਦਾ ਪਿਟਾਰਾ, ਇੱਕ ਕਹਿਣ ਦਾ ਮਤਲਬ ਹੈ ਕਿ ਬਾਰਿਸ਼ ਦੇ ਵਿੱਚ ਕੰਮ ਆਉਣ ਵਾਲਾ, ਜੇਬ 'ਚ ਪਈ ਆਈਟਮ ਇਹੋ ਜਿਹਾ ਕੰਮ ਦੇ ਜਾਂਦੀ ਹੈ ਕਿ ਜਦੋਂ ਮੌਕੇ ਤੇ ਬਾਰਿਸ਼ ਪੈ ਰਹੀ ਹੋਵੇ ਨਾ, ਇੱਕਦਮ ਆਪਾਂ ਨੂੰ ਚਾਹੀਦਾ ਹੁੰਦਾ ਕਿ ਛੱਤਰੀ ਆਪਣੇ ਕੋਲ ਨਾ ਹੋਵੇ। ਬਿਲਕੁਲ ਜੀ, ਤਾਂ ਉਹ ਆਈਟਮ ਹੈ ਕਿ ਬਾਈ ਜੀ ਦਾ ਕਹਿਣਾ ਕਿ ਸਸਪੈਂਸ ਹੈ, ਜੋ ਇਹ ਲਾਸਟ ਦੇ ਵਿੱਚ ਅਸੀਂ ਵੀਡੀਓ ਦੇ ਲਾਸਟ ਦੇ ਵਿੱਚ ਦੱਸਾਂਗੇ ਕਿ ਸਾਡੀ ਵੀਡੀਓ ਦੇ ਨਾਲ ਬਣੇ ਰਹੋ। ਇਹਦੇ ਨਾਲ ਇੱਕ ਸਸਪੈਂਸ ਇਹ ਵੀ ਆ, ਇਹ ਵੀ ਵੱਡੀ ਚੀਜ਼ ਆ ਦੇਖਣ ਨੂੰ, ਇਹ ਐਡੀ ਕਾ ਪਰ ਇਹ ਵੀ ਵੱਡੀ ਆ, ਇਹ ਵੀ ਦੱਸਾਂਗੇ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਆਹ ਚੀਜ਼ ਆ, ਇਹ ਤੁਹਾਨੂੰ ਬੋਤਲ ਲੱਗਦੀ ਆ ਦੇਖਣ ਨੂੰ, ਇਹਨੂੰ ਸਸਪੈਂਸ ਬਣਾ ਕੇ ਨਹੀਂ ਰੱਖਦੇ, ਇਹਦਾ ਪਹਿਲਾਂ ਹੀ ਖੋਲ ਦਿੰਦੇ ਆ ਜੀ। ਇਹ ਦੱਸੋ ਜੀ ਕੀ ਚੀਜ਼ ਹੈ ਜੀ? ਇਹ ਹੈਗੀ ਜੀ ਬੋਤਲ ਅੰਬਰੇਲਾ, ਅੰਬਰੇਲਾ ਸਟਾਈਲ ਦੇ ਵਿੱਚ ਛਤਰੀ ਹੈ, ਲਓ ਜੀ, ਇਹਨੂੰ ਐਵੇਂ ਇੱਥੋਂ ਐਵੇਂ ਨਿਕਲ ਜੇਗੀ, ਇਹ ਪੂਰੀ ਖੁੱਲ ਜੇਗੀ ਐਵੇਂ। ਪੰਜਾਬੀ ਦੀ ਗੱਲ ਇਹ ਹੈ ਵੀ ਆਪਾਂ ਮਾਰਕੀਟ 'ਚ ਤੁਰੇ ਜਾਂਦੇ ਆ, ਅਗਲਾ ਕਹੂਗਾ ਬਾਈ ਪਾਣੀ ਪਈ ਯਾਰ, ਹਾਂ ਹੈ ਜੀ, ਪਰ ਪਤਾ ਉਹਨੂੰ ਉਦੋਂ ਲੱਗੂ ਜਾਂ ਧੁੱਪ ਦੇ ਵਿੱਚ ਆ ਜਾਂ ਬਾਰਿਸ਼ 'ਚ ਆਪਾਂ ਖੋਲ ਕੇ ਉੱਪਰ ਲੈ ਲਈ, ਹਨਾ ਜੀ। ਬੋਤਲ ਜੀ ਦੇਖ ਕੇ ਕੋਈ ਕਹਿ ਦੂਗਾ, ਆਹ ਬੋਤਲ ਦੇਖ ਕੇ ਤੇ ਆਹ ਦੇਖੋ ਵੀ ਇਹ ਆਹ ਗਈ। ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ, ਇਹਦਾ ਰੇਟ ਦੱਸ ਦੋ ਸਮਿਤ ਜੀ। ਇਹਦਾ ਰੇਟ ਸਿਰਫ ਸਾਡੇ ਸਟੋਰ ਤੇ ਤੁਹਾਨੂੰ ਮਿਲੇਗਾ, ਬੈਸਟ ਬਾਏ ਸਟੋਰ ਤੇ, ਸਿਰਫ 250 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ, ਸਿਰਫ 250 ਦੇ ਵਿੱਚ ਜੀ। ਹਾਂਜੀ, ਇਹ ਤੁਹਾਡੇ ਕੋਲੇ ਆਨਲਾਈਨ ਡਿਲੀਵਰੀ ਦਾ ਹੈਗਾ ਸਿਸਟਮ? ਸਾਡੇ ਕੋਲ ਤੁਸੀਂ 250 ਰੁਪਏ ਦੇ ਵਿੱਚ ਕੈਸ਼ ਔਨ ਡਿਲੀਵਰੀ ਮੰਗਵਾ ਸਕਦੇ ਹੋ, ਕੋਰੀ ਚਾਰਜਿਸ ਜੋ ਹੋਣਗੇ ਉਹ ਐਕਸਟਰਾ ਹੋਣਗੇ, ਪਰ ਪ੍ਰੋਡਕਟ ਦਾ ਜੋ ਪ੍ਰਾਈਸ ਹੈ 250 ਰੁਪਏ ਦੇ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਦੇ ਉੱਤੇ। ਲਓ ਜੀ, ਵੱਡੀ ਗੱਲ ਇਹ ਹੈ ਵੀ ਆਪਾਂ ਨੂੰ ਮਨਾਂ ਦੇ ਵਿੱਚ ਵਹਿਮ ਹੁੰਦਾ ਜਦੋਂ ਆਪਾਂ ਟੀਵੀ ਤੇ ਜਾਂ ਰੀਲਾਂ 'ਚ ਦੇਖ ਲੈਂਦੇ ਹੁੰਦੇ ਹਾਂ ਬਾਹਰਲੀਆਂ ਕੰਪਨੀਆਂ ਦੇ ਵੀ ਮਾਲ ਤਾਂ ਹੁੰਦਾ ਗਾ, ਪਰ ਆਪਾਂ ਡਰਦੇ ਹੁੰਦੇ ਹਾਂ ਵੀ ਪੇਮੈਂਟ ਕਰਤੀ ਆਊ ਕਿ ਨਾ ਆਊ, ਹਨਾ ਜੀ। ਹਾਂਜੀ, ਤੁਸੀਂ ਉਹ ਝੰਜਟ ਵੀ ਖਤਮ ਕਰਤਾ, ਪਟਿਆਲੇ ਦੇ ਵਿੱਚ ਇਹਨਾਂ ਦੀ ਸ਼ੌਪ ਆ। ਇਹ ਕਿਹਾ ਆਈਟਮ ਹੈ, ਇੱਕ ਜਿਵੇਂ ਆਪਾਂ ਘਰਾਂ ਦੇ ਵਿੱਚ ਡੇਲੀ ਯੂਜ਼ ਹੋਣ ਵਾਲੇ ਆਈਟਮ ਹੈ ਕਿ ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਗਰਮ ਪਤੀਲੇ ਵਗੈਰਾ ਚੱਕਣਾ, ਟੋਪੀਆਂ ਚੱਕਣਾ, ਕੁਛ ਵੀ ਚੱਕਣਾ, ਆਪਾਂ ਪੋਲਾ ਯੂਜ਼ ਕਰਦੇ ਹਾਂ, ਤਾਂ ਪੋਲਾ ਯੂਜ਼ ਕਰਨ ਦੀ ਲੋੜ ਨਹੀਂ। ਅੱਜ ਕੱਲ੍ਹ ਤੁਹਾਨੂੰ ਲਿਆ ਦੀ ਆਪਾਂ ਸਿਲੀਕੋਨ ਯੂਜ਼ ਵਾਲੀ ਫੈਂਸੀ ਆਈਟਮ ਹੈ,
ਇਸ ਨੂੰ ਐਵੇਂ ਫਿੰਗਰਸ ਦੇ ਵਿੱਚ ਪਾਓ, ਐਵੇਂ ਐਵੇਂ ਜਿਵੇਂ ਮਰਜ਼ੀ ਯੂਜ਼ ਕਰੋ, ਜਿਹੜਾ ਮਰਜ਼ੀ ਪਤੀਲਾ ਜਿੱਥੇ ਮਰਜ਼ੀ ਚੱਕ ਕੇ ਇੱਕ ਮਿੰਟ ਨੂੰ ਇੱਕ ਮਿੰਟ ਦਿਓ ਜੀ। ਹਲੋ, ਇਹ ਕਿਹੜੇ ਜਾਨਵਰ ਦੀ ਜਾਤ ਦੀ ਦਵਾਉਂਦਾ ਜੀ? ਇਸ ਦਾ ਜੋ ਰੇਟ ਹੈਗਾ ਸਿਰਫ 100 ਰੁਪਏ, 100 ਰੁਪਏ ਦਾ ਜੀ, ਕੁਛ ਨਹੀਂ ਮਿਲਦਾ। ਮਤਲਬ 100 ਰੁਪਏ ਲਈ ਤੁਹਾਨੂੰ ਇੰਨੀ ਵਧੀਆ ਆਈਟਮ ਦੇਤੀ ਆਪਾਂ, ਕਿਤੇ ਨਹੀਂ ਮਿਲਦੀ, ਕਿਤੇ ਨਹੀਂ। ਜਿੰਨਾ ਮਰਜ਼ੀ ਵੱਡਾ ਪਤੀਲਾ ਚੱਕ ਲਓ, 100 ਰੁਪਏ ਦੀ ਅੱਜ ਵੈਲਿਊ ਦੇਖੋ ਇੱਥੇ ਪਤਾ ਲੱਗਦਾ ਵੀ ਕਿੰਨੀ ਆ। ਹਾਂ, ਕਿੰਨੀ ਤੁਹਾਡੇ ਹੱਥ ਸੜਨ ਨੂੰ ਬਚਾ ਸਕਦਾ 100 ਰੁਪਿਆ? ਨਹੀਂ, ਕਹਿੰਦੇ ਵੀ 100 ਰੁਪਏ ਦਾ ਆਉਂਦਾ ਕੀ ਆ, ਆਉਂਦਾ ਕੀ ਆ। ਐਲਈਡੀ ਫੈਨ ਸਟਾਈਲ ਲਾਈਟ ਜੀ ਹੈਗੀ ਆ ਕਿ ਪੱਖੇ ਦੀ ਸ਼ੇਪ ਦੇ ਵਿੱਚ ਐਲਈਡੀ ਲਾਈਟ ਹੈ ਜਿਹੜੀ ਆਪਾਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ। ਹਲ, ਚਾਰਜਿੰਗ ਬੱਲਬ, ਚਾਰਜਿੰਗ ਬੱਲਬ 15 ਕਿੰਨੇ ਘੰਟੇ ਚੱਲਦਾ ਜੀ? ਇਹ ਘੱਟੋ ਘੱਟ 4 ਘੰਟੇ ਚੱਲ ਜਾਏਗਾ ਜੀ। ਹੋਰ ਜਿਹੜੇ ਵੀਰਾਂ ਦੇ ਘਰ ਇਨਵਰਟਰ ਨਹੀਂ ਜਾਂ ਖੇਤ ਦੇ ਵਿੱਚ ਆਪਾਂ ਹੁੰਦਾ ਹੈਗਾ ਵੀ 8 ਘੰਟੇ ਲਾਈਟ ਆਉਂਦੀ ਹੈ ਜੀ, ਖੇਤ ਦੇ ਵਿੱਚ ਲਾ ਦੋ ਜੀ, ਆਪਣਾ ਵੇਲੇ ਇੱਕ ਵੇਲੇ ਫਿਰ ਵੀ ਕੰਮ ਆਊਗਾ, ਹੈ ਨਾ ਜੀ? ਹਾਂਜੀ ਹਾਂ। ਆਪਣਾ ਮੋਸਟਲੀ ਕਿਹਾ ਹੁੰਦਾ ਹੈ ਕਿ ਆਪਾਂ ਨਾਲੀ ਪਾਣੀ ਛਿਲਵਾ ਕੇ ਲਿਆਉਂਦੇ ਹਾਂ ਕਿ ਆਪਾਂ ਦਿੱਕਤ ਨੂੰ ਘਰੇ ਛਿਲਾਂਗੇ ਕਿਵੇਂ ਜੀ, ਠੀਕ ਹੈ। ਤਾਂ ਉਹ ਵੀ ਦਿੱਕਤ ਸਾਨੂੰ ਸਭ ਦੀ ਦੂਰ ਕਰਤੀ ਕਿ ਤੁਸੀਂ ਨਾਲੀ ਪਾਣੀ ਐਵੇਂ ਲਿਆਓ ਘਰੇ, ਸਾਡੇ ਕੋਲ ਕੋਕੋਨਟ ਓਪਨਰ ਮੰਗਾ ਲਓ ਸਾਡੇ ਕੋਲੋਂ, ਤੁਸੀਂ ਇਸ ਨੂੰ ਨਾਲੇ ਪਾਣੀ ਘਰੇ ਆਪਣਾ ਆਰਾਮ ਨਾਲ ਛਿਲ ਸਕਦੇ, ਜਦੋਂ ਤੁਹਾਨੂੰ ਲੋੜ ਹੈ ਉਦੋਂ ਛਿਲ ਲਓ। ਇਸ ਦੀ ਵੀ ਕੋਸਟ ਸਿਰਫ 100 ਰੁਪਏ। ਆਮ ਤੌਰ ਤੇ ਸਾਨੂੰ ਖਾਸ ਕਰਕੇ ਪੰਜਾਬੀਆਂ ਨੂੰ ਟਰੈਵਲਿੰਗ ਦਾ ਬਹੁਤ ਸ਼ੌਂਕ ਹੁੰਦਾ, ਉਹਦੇ ਇਹ ਕੰਮ ਦੀ ਚੀਜ਼ ਹੈ ਜੀ। ਹਾਂਜੀ ਹਾਂ, ਚਾਨਣਾ ਤੁਸੀਂ ਪਾਓ ਵੀ ਕਿਵੇਂ ਕੰਮ ਦੀ ਆ? ਇਹ ਹੈਗਾ ਜੀ ਪੋਰਟੇਬਲ ਸਟੋਪ, ਜਿਵੇਂ ਆਪਾਂ ਬਾਹਰ ਅੰਦਰ ਜਾਣਾ, ਟਰੈਵਲਿੰਗ ਦੇ ਵਿੱਚ ਜਾਣਾ, ਕਿੱਥੇ ਵੀ ਜਾਣਾ, ਫੈਮਿਲੀ ਨੇ ਜਾਣਾ ਜਾਂ ਦੋ ਬੰਦਿਆਂ ਨੇ ਜਾਣਾ ਜਾਂ ਪਹਾੜਾਂ ਦੇ ਵਿੱਚ ਜਾਣਾ ਹੁਣ ਘੁੰਮਣ ਦੇ ਵਿੱਚ, ਤਾਂ ਉੱਥੇ ਕਿਆ ਹੁੰਦਾ ਕਿ ਬੱਚੇ ਹੁਣ ਕਹਿੰਦੇ ਮੈਗੀ ਬਣਾਉਣੀ ਹੈ, ਕੁਛ ਵੀ ਚਾਹ ਵੀ ਬਣਾਉਣੀ, ਆਪਾਂ ਨੇ ਕੁਛ ਵੀ ਬਣਾਉਣੀ ਹੈ, ਤਾਂ ਆਪਾਂ ਇਸ ਨੂੰ ਆਪਣਾ ਲੈ ਕੇ ਜਾ ਸਕਦੇ ਬੈਗ ਦੇ ਵਿੱਚ ਪਾ ਕੇ। ਨਾਰਮਲ ਆ ਡੱਬੇ ਦੇ ਵਿੱਚ ਹੀ ਪੈ ਜਾਏਗਾ ਇਹ ਜੀ, ਆਹ ਚੀਜ਼ ਆ ਡੱਬੇ ਦੇ ਵਿੱਚ ਪੈ ਜਾਏਗੀ, ਨਾਲ ਇਸ ਦਾ ਆਹ ਸਿਲੰਡਰ ਹੈ, ਗੈਸ ਸਿਲੰਡਰ ਹੈ ਜੀ, ਗੈਸ ਸਿਲੰਡਰ। ਵੱਡੀ ਗੱਲ ਇਹ ਭਰਿਆ ਵੀ ਜਾਂਦਾ ਜੇ ਖਾਲੀ ਹੋ ਜਾਏ, ਇਜ਼ੀ ਟੂ ਫਿਲ ਹੋ ਜਾਏਗਾ। ਇਸ ਨੂੰ ਬਸ ਕਿਆ ਕਰਨਾ ਹੁੰਦੇ, ਇਹਦਾ ਓਪਨਰ ਖੋਲ ਕੇ ਇਹਦੇ ਤੇ ਐਵੇਂ ਫਿੱਟ ਕਰਨਾ, ਕੁਛ ਨਹੀਂ, ਨਾਲ ਕੰਪਨੀ ਨੇ ਲਾਈਟਰ ਨਾਲ ਦਿੱਤਾ ਹੋਇਆ, ਮਾਚਿਸ ਡੱਬੀ ਚੱਕਣ ਦੀ ਲੋੜ ਨਹੀਂ, ਲਾਈਟਰ ਦੇ ਵਿੱਚ ਦਿੱਤਾ ਹੋਇਆ ਜੀ, ਬਸ ਇੱਥੇ ਫਿੱਟ ਹੋ ਜਾਊਗਾ, ਐਵੇਂ ਫਿੱਟ ਹੋ ਜਾਊਗਾ, ਇਦਾਂ ਖੁੱਲ ਕੇ ਜੀ, ਜਿੱਦਾਂ ਮਰਜ਼ੀ ਕੁਛ, ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਇਸ ਨੂੰ ਤੁਸੀਂ, ਜਿੰਨਾ ਮਰਜ਼ੀ ਵੱਡਾ ਪਤੀਲਾ ਰੱਖ ਲਓ, ਕੋਈ ਵਹਿਮ ਨਹੀਂ ਹੈਗਾ, ਛੋਟਾ ਟੋਪੀ, ਛੋਟਾ ਜਿਹਾ ਟੋਪੀ ਹੀ ਆਏਗਾ, ਛੋਟਾ ਪਤੀਲਾ ਆਇਆ, ਜਿੰਨਾ ਮਰਜ਼ੀ ਵੱਡਾ ਪਤੀਲਾ ਰੱਖ ਲਓ। ਇਹਨੂੰ ਤੁਸੀਂ ਕਹਿਣ ਤੋਂ ਭਾਵ ਜੇ ਤੁਸੀਂ ਟੂਰ ਤੇ ਜਾਂਦੇ ਹੋ, ਇੱਕ ਤਾਂ ਆਪਦੀ ਬਣਾਈ ਚੀਜ਼ ਖਾ ਸਕਦੇ ਆ, ਹਾਂਜੀ, ਦੂਜੀ ਮੇਰੇ ਖਿਆਲ ਦੇ ਵਿੱਚ ਜਿੱਥੇ ਸਾਡਾ 500 ਦਾ ਖਰਚਾ ਆਊਗਾ ਉੱਥੇ 100 ਰੁਪਏ ਦੇ ਖਰਚੇ ਨਾਲ ਸਾਰ ਦੂਗੀ। ਮੈਨੂੰ ਇਹ ਹੈ ਕਿ ਆਪਾਂ ਨੂੰ ਕੋਈ ਚੀਜ਼ ਲੱਭਣ ਦੀ ਲੋੜ ਨਹੀਂ ਕਿ ਚਾਹ ਆਊਗਾ ਜਾਂ ਉਹ ਮਿਲੇਗਾ, ਜਿੱਥੇ ਜੀ ਕਹਿੰਦਾ ਗੱਡੀ ਰੋਕੀ ਸਾਈਡ ਤੇ ਰੱਖਿਆ ਇੱਟ ਜੇ ਉੱਤੇ, ਨਾਲ ਦੀ ਨਾਲ ਆਪਣਾ ਲਾ ਲਿਆ ਆਰਾਮ ਜਾ। ਬਿਲਕੁਲ ਜੀ। ਅਗਲੀ ਆਈਟਮ ਆਪਣੇ ਕੋਲ ਕਿਚਨ ਕਲੀਨਰ, ਘਰਾਂ ਦੇ ਵਿੱਚ ਮੋਸਟਲੀ ਕਿਆ ਹੁੰਦਾ ਚਿਮਨੀਜ਼ ਲੱਗੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ, ਜਾਂ ਜਿਵੇਂ ਦਰਵਾਜ਼ੇ ਦੇ ਉੱਤੇ ਚਿਕਨਾਹਟ ਆ ਜਾਂਦੀ ਹੈ, ਵਿੰਡੋਆਂ ਦੇ ਉੱਤੇ ਚਿਕਨਾਹਟ ਆ ਜਾਂਦੀ ਹੈ, ਗੈਸ ਚੁੱਲ੍ਹੇ ਉੱਤੇ ਚਿਕਨਾਹਟ ਆ ਜਾਂਦੀ ਹੈ, ਤਾਂ ਆਪਾਂ ਉਹਨੂੰ ਸਰਫ ਲੈ ਕੇ ਜਾਂ ਪਾਣੀ ਲੈ ਕੇ ਸਾਫ਼ ਕਰਦੇ ਹਾਂ, ਉਹ ਫਿਰ ਵੀ ਸਾਫ਼ ਹੁੰਦੀ, ਤਾਂ ਆਪਣੇ ਕੋਲ ਹੈ ਕਿ ਕਿਚਨ ਕਲੀਨਰ ਜੀ। ਇਸ ਦਾ ਸਪਰੇ, ਇਸ ਝੱਗ ਵਾਲਾ ਸਪਰੇ ਹੋਏਗਾ, ਝੱਗ ਵਾਲਾ ਸਪਰੇ ਉਸਦੇ ਉੱਤੇ ਮਾਰੋ, ਉਸ ਤੋਂ ਬਾਅਦ ਕੱਪੜਾ ਫਿਰ ਆਰਾਮ ਨਾਲ ਤੁਹਾਡਾ ਬਿਲਕੁਲ 1 ਮਿੰਟਾਂ ਦੇ ਵਿੱਚ ਸਾਫ਼ ਹੈ ਤੁਹਾਡਾ। ਇੱਕ ਨਾ ਇਹਦਾ ਰੇਟ ਪੁੱਛਣ ਤੋਂ ਪਹਿਲਾਂ ਆਪਾਂ ਉਹ ਗੈਸ ਸਿਲੰਡਰ ਦਾ ਰੇਟ, ਗੈਸ ਸਿਲੰਡਰ ਦਾ ਰੇਟ ਪੂਰਾ ਸੈਟਅਪ ਜੀ, ਇਹ ਗੈਸ ਸਿਲੰਡਰ ਪਲੱਸ ਚੁੱਲ੍ਹਾ ਪਲੱਸ ਸਿਲੰਡਰ, ਇਸ ਦਾ ਜੋ ਰੇਟ ਹੈਗਾ ਕੋਂਬੋ 550 ਰੁਪਏ ਦੇ ਵਿੱਚ ਤੁਹਾਨੂੰ ਦੇ ਦਾਂਗੇ। 550 ਦੇ ਵਿੱਚ ਜੀ ਇੱਕ ਵਾਰ ਦੇ ਖਰਚੇ 'ਚ ਇੱਕ ਡੰਗ ਦੀ ਰੋਟੀ ਬਣਾ ਸਕਦੇ ਹੋ, ਇੱਕ ਵਾਰੀ ਇਹਦੇ ਖਰਚ ਕੇ, ਮਤਲਬ ਇੱਕ ਡੰਗ ਦੀ ਰੋਟੀ ਦਾ ਖਰਚਾ ਇਹਦੇ ਆਊਗਾ, ਉਸ ਤੋਂ ਬਾਅਦ ਤੁਸੀਂ ਕਿੰਨਾ ਕੰਮ ਲੈ ਸਕਦੇ ਹੋ ਉਹ ਤੁਹਾਡੇ ਤੇ ਹੈ। ਉਸ ਤੋਂ ਬਾਅਦ ਹੈ ਕਿ ਇੱਕ ਸਿਲੰਡਰ ਹੀ ਲੈਣਾ ਆਪਾਂ ਨੇ, ਇਹ ਤਾਂ ਆਪਣੇ ਕੋਲ ਆ ਹੀ ਗਿਆ, ਬਿਲਕੁਲ ਜਿਵੇਂ ਮਰਜ਼ੀ ਯੂਜ਼ ਕਰੀ ਜਾਓ, ਇਹ ਵੀ ਰਿਫਲ ਹੋ ਜਾਂਦਾ ਜੀ, ਇਹ ਵੀ ਰਿਫਲ ਹੋ ਜਾਂਦਾ, ਬਿਲਕੁਲ ਜੀ ਬਿਲਕੁਲ। ਇਹ ਇਹਦਾ ਰੇਟ ਕੀ ਹੈ ਜੀ? ਇਸ ਦਾ ਰੇਟ ਹੈਗਾ ਸਿਰਫ 250 ਰੁਪਏ ਜੀ। 250 ਦੇ ਵਿੱਚ ਤੁਸੀਂ ਆਪਣੀ ਜਿਹੜੀ ਕਿਚਨ ਨੂੰ ਐਨਾ ਸਾਰਾ ਕਲੀਨ ਬਣਾ ਸਕਦੇ ਹੋ। ਹਾਂਜੀ ਹਾਂਜੀ, ਇਹ ਸਾਡਾ ਹੋਟ ਸੇਲਿੰਗ ਪ੍ਰੋਡਕਟ ਹੈ, ਹਰ ਘਰ ਦੀ ਡਿਮਾਂਡ ਹੈ, ਬਿਲਕੁਲ ਜੀ, ਹਰੇਕ ਘਰ ਦੇ ਵਿੱਚ ਜ਼ਰੂਰੀ ਹੈ।
ਪਿੰਡਾਂ ਦੇ ਵਿੱਚ ਵੀ ਖਾਸ ਕਰ ਜ਼ਿਆਦਾ ਜ਼ਰੂਰੀ ਹੈ ਮੋਟਰਾਂ ਤੇ ਕਿਉਂ ਜ਼ਰੂਰੀ ਹੈ ਕਿ ਲਾਈਟ ਜਾਂਦੀ ਰਹਿੰਦੀ ਹੈ ਆਪਾਂ ਨੂੰ ਲਾਈਟ ਦੀ ਬੜੀ ਬਹੁਤ ਵੱਡੀ ਦਿੱਕਤ ਹੁੰਦੀ ਹੈ ਕਿ ਆਪਾਂ ਨੂੰ ਇੱਕ ਆਈਜੀ ਆਈਟਮ ਚਾਹੀਦੀ ਨੇ ਕਿ ਜਿਹੜੀ ਸੂਰ ਕੁਦਰਤੀ ਰੋਸ਼ਨੀ ਨਾਲ ਚਾਰਜ ਹੋ ਜਾਏ ਆਪਾਂ ਨੂੰ ਬਿਜਲੀ ਦਾ ਕੋਈ ਖਰਚਾ ਨਾ ਕਰਨਾ ਪਵੇ ਤਾਂ ਇਹ ਲਾਈਟ ਆ ਉਹ ਸੋਲਰ ਲਾਈਟ ਚਾਨਣ ਕਿੰਨਾ ਹੁੰਦਾ ਜੀ ਇਹਦਾ ਇਸਦਾ ਚਾਨਣ ਕਾਫੀ ਹੋਏਗਾ ਆ ਦੇਖੋ ਹਾਂਜੀ ਪੂਰਾ ਦਿਨ ਚਾਰਜ ਹੋ ਗਈ ਇਹ ਅੱਛਾ ਹੋਰ ਦੇਖੋ ਜੀ ਫੈਂਸੀ ਚੀਜ਼ ਹੈ ਜੀ ਫੈਂਸੀ ਆਈਟਮ ਜਿੱਥੇ ਲੱਗੀ ਹੋਈ ਹੈ ਰੈਕਸਿਵ ਜੀ ਲੱਗੇਗੀ ਬਹੁਤ ਸੋਹਣੀ ਲੱਗੇਗੀ ਲੱਗੀ ਹੋਈ ਤੇ ਇਸਦਾ ਕਿਆ ਇਹ ਸੋਲਰ ਪਲੇਟ ਲੱਗੀ ਇਸ ਉੱਤੇ ਇਹ ਸੋਲਰ ਪਲੇਟ ਦੇ ਨਾਲ ਇਹ ਚਾਰਜ ਹੋ ਜਾਏਗਾ ਆਟੋਮੈਟਿਕਲੀ ਰਾਤ ਨੂੰ ਜਦੋਂ ਵੀ ਕੋਈ ਅੱਗੇ ਦੇ ਅੱਗੇ ਆਏਗਾ ਤਾਂ ਐਵੇਂ ਆਨ ਹੋ ਜਾਏਗੀ ਆਟੋਮੈਟਿਕਲੀ ਕੁਝ ਸੈਕਿੰਡ ਬਾਅਦ ਆਪਣੇ ਆਪ ਬੰਦ ਹੋ ਜਾਏਗੀ ਇਹ ਵੈਸੇ ਵੀ ਜੇ ਤੁਸੀਂ ਚਲਾਉਣੀ ਹੈ ਚਲਾ ਸਕਦੇ ਹੋ ਬਟਨ ਲੱਗਿਆ ਹੋਇਆ ਨਹੀਂ ਫਿਰ ਅੱਗੇ ਆਉਣ ਤੇ ਵੀ ਇਹ ਚੱਲੂਗੀ ਹਾਂਜੀ ਕਹਿਣ ਤੋਂ ਭਾਵ ਜੇ ਬਾਹਰਲਾ ਬੰਦਾ ਆਉਂਦਾ ਹੈਗਾ ਉਹਨੂੰ ਵੀ ਡਰਾ ਦੂਗੀ ਡਰਾ ਦੇ ਯਾਰ ਉਹਦਾ ਜਿਵੇਂ ਕੋਈ ਤੁਸੀਂ ਮੋਟਰ ਦੇ ਚੋਰੀ ਦਾ ਖਤਰਾ ਹੁੰਦਾ ਨਾ ਕਿ ਆਪਾਂ ਲਾਈਟ ਲਾ ਕੇ ਛੱਡ ਦਿੰਦੇ ਤਾਂ ਪਤਾ ਚੱਲਦਾ ਚੱਲ ਰਹੀ ਹੈ ਆਟੋਮੈਟਿਕਲੀ ਜਦ ਕੋਈ ਬੰਦਾ ਆਏਗਾ ਮੋਟਰ ਤੇ ਇੱਕਦਮ ਆਨ ਹੋ ਜਾਏਗੀ ਅਗਲਾ ਡਰ ਜਾਏਗਾ ਪਤਾ ਨਹੀਂ ਕਿਆ ਲੱਗਿਆ ਬੰਦੇ ਨੇ ਯਾਰ ਲਾਈਟ ਲਾ ਦਈਏ ਕਿਆ ਲਗਾ ਰਿਹਾ ਇੱਕਦਮ ਲਾਈਟ ਲਗਾਤੀ ਹੋਰ ਲਗਾਤੀ ਬਿਲਕੁਲ ਜੀ ਇਹ ਆਪਣੇ ਆਪਾਂ ਪਾਰਕ ਦੇ ਵਿੱਚ ਲਾ ਸਕਦੇ ਘਰੇ ਲਾ ਸਕਦੇ ਗੇਟ ਦੇ ਉੱਤੇ ਲਾ ਸਕਦੇ ਜਿਵੇਂ ਮਰਜ਼ੀ ਲਾ ਸਕਦੇ ਬਹੁਤ ਸਾਰੇ ਕੰਮ ਦੀ ਚੀਜ਼ ਹੈ ਇਹ ਹਾਂਜੀ ਹਾਂ ਇਸ ਦਾ ਜੋ ਰੇਟ ਹੈਗਾ ਸਿਰਫ 250 ਰੁਪਏ ਸਿਰਫ 250 ਦੀ ਵੀਰੇ ਆ ਰੇਟ ਹੈਰਾਨ ਕਰਦਾਗਾ ਪਹਿਲਾਂ ਤਾਂ ਦੇਖੋ ਵੀ ਕਿੰਨੀ ਫੈਂਸੀ ਕਿੰਨੀ ਸੋਹਣੀ ਆ ਕਿੰਨੀ ਕੰਮ ਦੀ ਆ ਕਿੰਨਾ ਜਾਣਨਾ ਤੇ ਮੁੱਲ ਆਮ ਜਿਹੜਾ ਆਪਾਂ ਘਰੇ ਬੱਲਬ ਵੈਸੇ ਲਾਉਣੇ ਇੰਨੇ ਕਦਾ ਹੀ ਉਹ ਆਉਂਦਾ ਜੀ ਤੇ ਜਿਵੇਂ ਆਪਾਂ ਸਰਵਿਸ ਸਟੇਸ਼ਨ ਤੇ ਜਾਂਦੇ ਆ ਆਪਾਂ ਦੇਖਦੇ ਆ ਯਾਰ ਪਾਈਪ ਨਾਲ ਪ੍ਰੈਸ਼ਰ ਬਣਾ ਰਿਹਾ ਪੂਰਾ ਫੁਹਾਰਾ ਬਣਾ ਰਿਹਾ ਤੇ ਕਿ ਨੋਬਲ ਨਾਲ ਵਾਈਕਲ ਨੂੰ ਸਾਡੀ ਕਾਰ ਨੂੰ ਜਾਂ ਸਕੂਟਰ ਨੂੰ ਧੋ ਰਿਹਾ ਕਿ ਇਹ ਚੀਜ਼ ਸਾਨੂੰ ਕਿਵੇਂ ਮਿਲੂਗਾ ਅਸੀਂ ਕਿਵੇਂ ਕਰ ਸਕਦੇ ਆਪਣੇ ਘਰੇ ਜਿਸ ਨੇ ਆਪਣੇ ਘਰੇ ਯੂਜ਼ ਕਰਨਾ ਤਾਂ ਆਪਣੇ ਘਰੇ ਮੋਟਰ ਦੇ ਉੱਤੇ ਪਾਈਪ ਲਾ ਕੇ ਪ੍ਰੈਸ਼ਰ ਹੁੰਦਾ ਪਾਣੀ ਦਾ ਪੂਰਾ ਤਾਂ ਇਹ ਤੁਸੀਂ ਕਾਰ ਵਾਸ਼ ਯੂਜ਼ ਕਰ ਸਕਦੇ ਹੋ ਇਸ ਨੂੰ ਇਸ ਦੇ ਵਿੱਚ ਕਿਹਾ ਇਹ ਨੋਬ ਦੇ ਉੱਤੇ ਸਾਡੀ ਤੁਹਾਡੀ ਪਾਈਪ ਲੱਗ ਜਾਏਗੀ ਤਾਂ ਇਹਦੇ ਉੱਤੇ ਚੜ ਜਾਏਗੀ ਜਿਵੇਂ ਤੁਸੀਂ ਫੁਹਾਰਾ ਬਣਾਉਣਾ ਹੈ ਜਾਂ ਤੁਸੀਂ ਤਿੱਖੀ ਨੋਬ ਦੇ ਪ੍ਰੈਸ਼ਰ ਜਿਵੇਂ ਤੁਸੀਂ ਜਿਹੜਾ ਵੀ ਤੁਸੀਂ ਪ੍ਰੈਸ਼ਰ ਲੈਣਾ ਜਿਵੇਂ ਤੁਸੀਂ ਜੋ ਵੀ ਤੁਸੀਂ ਲੈਣਾ ਬਿਲਕੁਲ ਜੀ ਬਾਥਰੂਮ ਦੇ ਵਿੱਚ ਟਾਈਲਸ ਲੱਗਿਆ ਹੁੰਦੇ ਨੇ ਕਾਰਨਰ ਭੁਰ ਗਿਆ ਕੁਝ ਵੀ ਭੁਰ ਗਿਆ ਤਾਂ ਉੱਥੇ ਆਪਾਂ ਇਸ ਨੂੰ ਲਗਾ ਸਕਦੇ ਹਾਂ ਜੀ ਇਸ ਦਾ ਜੋ ਰੇਟ ਹੈਗਾ ਸਿਰਫ 150 ਰੁਪਏ ਲਈ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਉਹ ਪ੍ਰੈਸ਼ਰ ਕਿੱਟ ਦਾ ਜੀ ਇਹ ਸਿਰਫ 300 ਰੁਪਏ ਲਈ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਭਾਈ ਮਿੱਤਰੋ ਫੋਨ ਚੱਕੋ ਆਰਡਰ ਕਰੋ ਜਦੋਂ ਤੁਹਾਡੇ ਕੋਲੇ ਸਮਾਨ ਘਰੇ ਆ ਗਿਆ ਤੁਸੀਂ ਉਦੋਂ ਪੇਮੈਂਟ ਕਰਨੀ ਆ ਤੇ ਅਗਲੀਆਂ ਪ੍ਰੈਸਾਂ ਬਾਰੇ ਜਾਣਕਾਰੀ ਦੇਣੀ ਪ੍ਰੈਸਾਂ ਇਹਨਾਂ ਕੋਲੇ 2-2 ਸਾਲ ਦੀ ਗਰੰਟੀ ਚ ਨੇ ਕਿੱਥੋਂ ਸਟਾਰਟ ਹੋ ਜਾਂਦੀਆਂ ਨੇ ਖੇਤਾਨ ਕੰਪਨੀ ਦੀ ਪ੍ਰੈਸ ਹੈ ਜੀ ਮੇਰਾ ਓਪਨ ਚੈਲੰਜ ਹੈ ਇਸ ਰੇਟ ਦੇ ਉੱਤੇ ਪ੍ਰੈਸ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਖੇਤਾਨ ਕੰਪਨੀ ਡਰਾਈ ਆਇਰਨ ਪ੍ਰੈਸ ਸਿਰਫ 550 ਰੁਪਏ ਦੇ ਵਿੱਚ ਬੈਸਟ ਬਾਏ ਸਟੋਰ ਦੇ ਉੱਤੇ ਹੀ ਮਿਲ ਸਕਦੀ ਹੈ ਉਹ ਵੀ 2 ਸਾਲ ਦੀ ਗਰੰਟੀ ਦੇ ਨਾਲ 2 ਸਾਲ ਦੀ ਗਰੰਟੀ ਦੇ ਵਿੱਚ 550 ਦੀ ਪ੍ਰੈਸ ਬਾਈ ਦਾ ਸੱਚਿਓ ਹੈਰਾਨੀਜਨਕ ਰੇਟ ਆ ਵੀਰੇ ਕਿਤੋਂ ਨਹੀਂ ਮਿਲਣੀ ਉਹ ਵੀ ਖਤਾਨ ਦੀ ਕੰਪਨੀ ਦੀ ਪ੍ਰੈਸ ਹੈ ਨਾ ਜੀ ਕੰਪਨੀ ਦੀ ਪ੍ਰੈਸ 2 ਸਾਲ ਦੀ ਵਾਰੰਟੀ ਬਿੱਲ ਕੱਟ ਕੇ ਨਾਲ ਤੁਹਾਡਾ ਪੈਕਿੰਗ ਦੇ ਵਿੱਚ ਪਾ ਕੇ ਭੇਜੂਗਾ ਹੈਗੀ ਹੈ ਵਾਟਰ ਟੇਪ ਜੀ ਕਿ ਆਪਾਂ ਇਹ ਵੀਡੀਓਜ਼ ਦੇ ਵਿੱਚ ਦੇਖੀ ਹੋਗੀ ਫੇਸਬੁੱਕ ਤੇ ਇੰਸਟਾਗ੍ਰਾਮ ਜਾਂ ਕਿੱਥੇ ਵੀ ਆਪਾਂ ਵੀਡੀਓਜ਼ ਦੇ ਵਿੱਚ ਦੇਖੀ ਹੋਗੀ ਤਾਂ ਆਪਾਂ ਸੋਚਦੇ ਹਾਂ ਯਾਰ ਇਹ ਚੀਜ਼ ਸਾਨੂੰ ਚਾਹੀਦੀ ਹੈ ਸਾਡੇ ਘਰਾਂ ਦੇ ਵਿੱਚ ਲੋੜ ਹੈ ਟੱਬ ਲੀਕ ਹੋ ਗਿਆ ਜਾਂ ਕੁਝ ਵੀ ਲੀਕ ਹੋ ਗਿਆ ਕੋਈ ਪਾਈਪ ਟੁੱਟ ਗਈ ਬਿਲਕੁਲ ਤਾਂ ਇਹ ਆਈਟਮ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਇਸ ਦਾ ਜੋ ਰੇਟ ਹੈਗਾ ਸਿਰਫ 200 ਰੁਪਏ ਦੇ ਵਿੱਚ ਸਾਡੇ ਕੋਲ ਮੰਗਵਾ ਸਕਦੇ ਇਹ ਕੰਮ ਕਿਹਾ ਬਹੁਤ ਵਧੀਆ ਕੰਮ ਕਰਦੇ ਆ ਜਿੰਨਾ ਤੁਹਾਨੂੰ ਲੋੜ ਆ ਉਹਨਾਂ ਕੱਟ ਕੇ ਵੀ ਉੱਥੇ ਲਗਾ ਦਿਓ ਉਹ ਰੀਲ ਜੀ ਚ ਆਪਾਂ ਦੇਖਦੇ ਨੇ ਇਹ ਟੱਬ ਚ ਮੋਗਾ ਹੋ ਗਿਆ ਪਾਣੀ ਕਿਵੇਂ ਰੋਕਣਾਗਾ ਇਹ ਰੋਕਦੀ ਆ ਬਈ ਇੱਥੋਂ ਮਿਲਦੀ ਆ ਇੱਥੋਂ ਬੈਸਟ ਬਾਏ ਸਟੋਰ ਤੋਂ ਮਿਲੇਗੀ ਬੈਸਟ ਬਾਏ ਸਟੋਰ ਪਟਿਆਲੇ ਵਾਲਿਆਂ ਤੋਂ ਮਿਲੂਗੀ ਕਾਫੀ ਬੀਟਰ ਹਾਂਜੀ ਹੁਣ ਅੱਜ ਕੱਲ ਘਰਾਂ ਦੇ ਵਿੱਚ ਕੀ ਕਰਦੇ ਆ ਆਪਾਂ ਗੈਸ ਉੱਤੇ ਕਾਫੀ ਧਰਦੇ ਆ ਕੁਝ ਦੁੱਧ ਪਾਉਂਦੇ ਆ ਉਹ ਚ ਕਾਫੀ ਪਾਉਂਦੇ ਮਿੱਠਾ ਪਾਉਂਦੇ ਕੁਛ ਨਹੀਂ ਕੱਪ ਦੇ ਤੁਸੀਂ ਨੋਰਮਲ ਦੁੱਧ ਗਰਮ ਦੁੱਧ ਪਾਓ ਉਹ ਚ ਕਾਫੀ ਸੁੱਟੋ ਇਹਨੂੰ ਬੀਟ ਕਰ ਲਓ ਠੀਕ ਹੈ ਜੀ ਬਸ ਇਹ ਸੈੱਲ ਨਾਲ ਚੱਲਣ ਵਾਲਾ ਹੈ ਕਾਫੀ ਬੀਟਰ ਨੋਰਮਲ ਆਈਟਮ ਹੈ ਬਿਜਲੀ ਤੋਂ ਬਿਨਾਂ ਵੀ ਤੁਸੀਂ ਕਾਫੀ ਬਣਾ ਕੇ ਟਰੈਵਲ ਦੇ ਵਿੱਚ ਲੈ ਕੇ ਜਾ ਸਕਦੇ ਹੋ ਇਸ ਨੂੰ ਅੰਦਰ ਬਾਹਰ ਜਿੱਥੇ ਮਰਜ਼ੀ ਲੈ ਜਾਓ ਜੀ ਬਸ ਇਹਦਾ ਐ ਵਿੱਚ ਪਾ ਕੇ ਬਟਨ ਦੱਬੋ ਚਲੋ ਜੀ 1-2 ਮਿੰਟਾਂ 'ਚ ਤੁਹਾਡੀ ਕਾਫੀ ਤਿਆਰ ਬਈ ਇਹ ਤਾਂ ਨਾ ਸੱਚੀ ਬਹੁਤ ਘੈਂਟ ਚੀਜ਼ ਆ
ਸੈੱਲ ਪੈਂਦਾ ਵੱਡੀ ਗੱਲ ਆ ਬਸ ਇਹ ਨੀ ਹੈਗਾ ਵੀ ਬਿਜਲੀ ਦਾ ਖਰਚਾ ਕੋਈ ਜਾਂ ਕੁਛ ਨੀ ਖਰਚਾ ਕੋਈ ਜਿਵੇਂ ਮੰਨ ਲਓ ਆਪਾਂ ਕਿਤੇ ਕਾਰ ਰੋਕ ਕੇ ਕੌਫੀ ਪੀਣ ਦਾ ਮਨ ਕਰਿਆ ਗੱਡੀ ਰੋਕੀ ਗੱਡੀ ਦੇ ਬੋਰਡ ਦੇ ਉੱਤੇ ਕੱਪ ਦੇ ਵਿੱਚ ਦੁੱਧ ਪਾਇਆ ਪਾਣੀ ਪਾਇਆ ਕੌਫੀ ਪਾਈ ਚਲੋ ਹੋ ਗਿਆ ਤੌਲੀਆ ਕਹਿੰਦੇ ਸੀ ਤੁਸੀਂ ਸਿਰ ਤੇ ਵੀ ਘੈਂਟ ਚੀਜ਼ ਲੱਗਦੀ ਆ ਕੰਮ ਦੀ ਚੀਜ਼ ਆ ਉਹ ਦਿਖਾਓ ਆ ਦੇਖੋ ਇੱਕ ਇਹ ਹੈ ਲੇਡੀਜ਼ ਹੇਅਰ ਟਾਵਲ ਜੀ ਇਹ ਆਪਣੀਆਂ ਭੈਣਾਂ ਮਾਤਾਵਾਂ ਜਿਵੇਂ ਕਿ ਆਪਾਂ ਬਾਲ ਧੋਣ ਤੋਂ ਬਾਅਦ ਸਿਰ ਦੇ ਉੱਤੇ ਟਾਵਲ ਲਪੇਟਦੇ ਆ ਤਾਂ ਟਾਵਲ ਲਪੇਟਣ ਦੀ ਬਜਾਏ ਅਸੀਂ ਤੁਹਾਡੇ ਕੋਲ ਵਾਸਤੇ ਲੈ ਕੇ ਇੱਕ ਫੈਂਸੀ ਆਈਟਮ ਜੀ ਬਾਹਰ ਅੰਦਰ ਵੀ ਜਾਣਾ ਕਿੱਥੇ ਵੀ ਜਾਣਾ ਥੋੜੀ ਫੰਕਸ਼ਨ ਦੇ ਉੱਤੇ ਜਾਣਾ ਥੋੜਾ ਜਿਹਾ ਅਟਰੈਕਟਿਵ ਜਿਹੀ ਆਈਟਮ ਹੋਊਗਾ ਅਗਲਾ ਹਰੇਕ ਕੋਈ ਪੁੱਛੂਗਾ ਕਿੱਥੋਂ ਲਿਆ ਭੈਣੇ ਤੂੰ ਕਿੱਥੋਂ ਲਿਆ ਸੀ ਬਿਲਕੁਲ ਜੀ ਭੈਣੇ ਤੂੰ ਕਿੱਥੋਂ ਮੰਗਵਾਇਆ ਸੀ ਮੈਨੂੰ ਵੀ ਮੰਗਵਾ ਲਈ ਹਾਂ ਹਾਂ ਤੁਸੀਂ ਕਹਿੰਦੇ ਹੋਵੋਗੇ ਵੀ ਆਹ ਤਾਂ ਹਰੇਕ ਥਾਂ ਤੇ ਹਰੇਕ ਥਾਂ ਤੇ ਮਿਲ ਜਾਂਦਾ ਹਨਾ ਜੀ ਐਵੇਂ ਟਾਈਮ ਖਰਾਬ ਕਰੀ ਜਾਂਦੇ ਹੋ ਪਰ ਵੀ ਇਹ ਸਪੈਸ਼ਲ ਆ ਇਹ ਸਪੈਸ਼ਲ ਕੀ ਹੈ ਜੀ ਦੱਸੋ ਜੀ ਸਰ ਇਹ ਮੈਟ ਕੋਈ ਨਾਰਮਲ ਮੈਟ ਨੀ ਹੈਗਾ ਜੀ ਇਹਨੂੰ ਆਪਾਂ ਕਹਿੰਦੇ ਕਿ ਹਾਂ ਚਲੋ ਐ ਧਰਤਾ ਯਾਰ ਪੈਰ ਪੁੰਜਾ ਬੰਦਾ ਲੰਘ ਗਿਆ ਅੰਦਰ ਨਾ ਇਹਦੇ ਉੱਤੇ ਜਦੋਂ ਆਪਾਂ ਬਾਥਰੂਮ ਚ ਬਾਹਰ ਨਿਕਲਦੇ ਆ ਗਿੱਲੇ ਪੈਰ ਹੁੰਦੇ ਨੇ ਆਪਣੇ ਮੋਸਟਲੀ ਆਪਾਂ ਪੈਰ ਐ ਝਾੜਦੇ ਆਪਣੀ ਆਦਤ ਹਰੇਕ ਦੀ ਤਾਂ ਇਹਦੇ ਉੱਤੇ ਜਿੰਨਾ ਵੀ ਤੁਸੀਂ ਪਾਣੀ ਗਿਰੀ ਜਾਓਗੇ ਨੇ ਸਾਰਾ ਪਾਣੀ ਇਹਦੇ ਵਿੱਚ ਖੁਦ ਹੀ ਸੋਕੀ ਜਾਏਗਾ ਬਾਥਰੂਮ ਚੋਂ ਨਿਕਲ ਕੇ ਉੱਪਰ ਖੜ ਜਾਓ ਤੁਹਾਡੇ ਪੈਰ ਸੁੱਕ ਜਾਣਗੇ ਗਿੱਲੇ ਅੱਗੇ ਨਹੀਂ ਜਾਣਗੇ ਤੁਹਾਡੇ ਚੱਪਲਾਂ ਸਾਡੇ ਸੁੱਕ ਜਾਣਗੀਆਂ ਚੱਪਲਾਂ ਗਿੱਲੀਆਂ ਨਹੀਂ ਰਹਿਣਗੀਆਂ ਪਾਣੀ ਅਬਜ਼ੋਰਬ ਕਰ ਜਾਏਗਾ ਇਹਦੇ ਵਿੱਚ ਹੁਣ ਇਹਦਾ ਸਸਪੈਂਸ ਖਤਮ ਕਰ ਦਈਏ ਜੀ ਕਿ ਹਲੇ ਹਲੇ ਵੀ ਕਰ ਦੋ ਕਰ ਦੋ ਇਹ ਹੈਗਾ ਜੀ ਰੇਨ ਕੋਟ ਆਹ ਇੱਕ ਐਕਸਰਸਾਈਜ਼ ਕਹਿ ਸਕਦੇ ਆ ਵੀ ਬੰਦੇ ਦੇ ਆਹ ਇੰਨਾ ਕੁ ਦੇ ਤੁਸੀਂ ਬੱਚੇ ਦੇ ਯੂਜ਼ ਕਰੋ ਬੰਦੇ ਦੇ ਯੂਜ਼ ਕਰੋ ਲੇਡੀਜ਼ ਦੇ ਯੂਜ਼ ਕਰੋ ਜਿਸ ਦੇ ਮਰਜ਼ੀ ਯੂਜ਼ ਕਰੋ ਇੱਕ ਜੇਬ ਦੇ ਵਿੱਚ ਪਰਸ ਦੇ ਵਿੱਚ ਪੈਣ ਵਾਲਾ ਰੇਨ ਕੋਟ ਹੈ ਪਰਸ ਚ ਪਾ ਲਓ ਜੇਬ ਚ ਪਾ ਲਓ ਜਿੱਥੇ ਮਰਜ਼ੀ ਪਾ ਲਓ ਇੱਕ ਰੇਨ ਕੋਟ ਇਸ ਦੀ ਜੋ ਵੈਲਿਊ ਹੈਗੀ ਸਿਰਫ 40 ਰੁਪਏ ਸਿਰਫ 40 ਰੁਪਏ ਜੀ 40 ਰੁਪਏ ਦਾ ਰੇਨ ਕੋਟ ਤੁਸੀਂ ਮੋਟਰਸਾਈਕਲ ਸਕੂਟਰ ਤੇ ਜਾਂਦੇ ਹੋ ਜੇਬ ਚ ਰੱਖੋ ਕਿਉਂਕਿ ਹੁਣ ਬਾਰਿਸ਼ ਦਾ ਮੌਸਮ ਆ ਰਿਹਾ ਬਿਲਕੁਲ ਤੁਹਾਡੇ ਕੱਪੜੇ ਨਹੀਂ ਭੇਜਣ ਦੇਊਗਾ ਤੁਹਾਨੂੰ ਬਚਾ ਕੇ ਰੱਖੂਗਾ ਤੇ ਕੈਰੀ ਕਰਨਾ ਵੀ ਬਹੁਤ ਆਸਾਨ ਤੇ ਆ ਆ ਗਈਆਂ ਜੀ ਸੌਕਸ ਪੰਜਾਬੀ ਚ ਜਰਾਬਾਂ ਦੇਖ ਲਓ ਵੀ ਆ ਨੇ ਜਰਾਬਾਂ ਯੂਜ਼ ਐਂਡ ਥਰੋ ਵਾਲੀਆਂ ਆਪਾਂ ਟਰੈਵਲ ਦੇ ਵਿੱਚ ਜਾਣਾ ਕਿੱਥੇ ਜਾਣਾ ਜਾਂ ਆਪਾਂ ਸਫ਼ਰ ਤੇ ਜਾਣਾ ਜਾਂ ਆਪਾਂ ਕਿੱਥੇ ਚੜ੍ਹਾਈ ਚੜ੍ਹਨੀ ਆ ਜਾਂ ਜੇ ਮੰਦਿਰ ਜਾਣਾ ਕਿੱਥੇ ਜਾਣਾ ਆਪਾਂ ਨੂੰ ਜਰਾਬਾਂ ਗੰਦੀਆਂ ਹੋ ਗਿਆ ਔਰ ਇਹਨੂੰ ਯੂਜ਼ ਕਰੋ ਸੁੱਟ ਦਿਓ ਨਾਲ ਦੀ ਨਾਲ ਗਿੱਲੀਆਂ ਹੋ ਗਿਆ ਸੁੱਟ ਦਿਓ ਨਾਲ ਦੀ ਨਾਲ ਹੁਣ ਆਹ ਆ ਗਿਆ ਜੀ ਆਹ ਚਾਈਨਾ ਦੀਆਂ ਵੀਡੀਓ 'ਚ ਦੇਖ ਲੈਂਦੇ ਹਾਂ ਅਸੀਂ ਹਨਾ ਜੀ ਹਾਂਜੀ ਉਹ ਜਦੋਂ ਉਹਨਾਂ ਦੇ ਬਾਰਿਸ਼ ਪੈਂਦੀ ਹੁੰਦੀ ਹੈ ਜੀ ਉਹ ਬੂਟ ਜੇ ਤੇ ਚਾੜ ਕੇ ਜਿਹੜੇ ਮਰਜ਼ੀ ਸ਼ੂਜ਼ ਨੇ ਉੱਤੇ ਚਾੜ ਕੇ ਬਾਹਰ ਲੰਘ ਜਾਂਦੇ ਨੇ ਜਿਵੇਂ ਕਾਰ ਦੇ ਵਿੱਚੋਂ ਦਿਖਾਉਂਦੇ ਨੇ ਇੱਕਦਮ ਪੈਰ ਨਿਕਲਦਾ ਐਂ ਭੱਲਾ ਪਾਣੀ ਦੇ ਵਿੱਚ ਪੈਰ ਅਗਲਾ ਚਲਾ ਜਾਂਦਾ ਉਹ ਇਹ ਆਈਟਮ ਹੁੰਦੀ ਹੈ ਸ਼ੂਜ਼ ਕਵਰ ਸ਼ੂਜ਼ ਕਵਰ ਆ ਦੇਖ ਲਓ ਜੀ ਨਾ ਪਾਣੀ ਜਾਵੇ ਅੰਦਰ ਚਾਹੇ ਬਰਫ਼ ਦੇ ਵਿੱਚ ਲੈ ਜਾਓ ਤੁਸੀਂ ਚਾਹੇ ਹੁਣ ਜਿੰਨਾ ਮਰਜ਼ੀ ਪਾਣੀ ਹੋਵੇ ਤੁਹਾਡੇ ਸ਼ੂਜ਼ ਖਰਾਬ ਨਹੀਂ ਹੋਣਗੇ ਸਾਰੇ ਸਾਈਜ਼ ਸਾਡੇ ਕੋਲ ਮਿਲ ਜਾਣਗੇ ਤੁਹਾਨੂੰ ਐਸ ਐਮ ਐਲ ਜੀ ਸਾਰੇ ਤਰ੍ਹਾਂ ਦੇ ਸਾਈਜ਼ ਮਿਲ ਜਾਣਗੇ ਇਸ ਦਾ ਜੋ ਰੇਟ ਹੈਗਾ ਸਿਰਫ 150 ਰੁਪਏ ਲਓ ਜੀ ਹੈਗਾ ਵੀ 150 ਦਾ ਹੀ ਆ ਤੇ ਸਾਡੇ ਮਤਲਬ 5-7 ਹਜ਼ਾਰ ਵਾਲੇ ਸ਼ੂਜ਼ ਜਿਵੇਂ ਜਿੰਨੇ ਮਰਜ਼ੀ ਮਹਿੰਗੇ ਸ਼ੂਜ਼ ਹੋਵੇ ਜੋ ਵੀ ਹੈ ਜਿਵੇਂ ਮਰਜ਼ੀ ਪਾਓ ਉਹਨਾਂ ਦੀ ਸੇਫਟੀ ਲਈ ਬੈਸਟ ਹੈਗਾ ਜ਼ਰੂਰ ਵਰਤੋ ਬਹੁਤਾ ਮਹਿੰਗਾ ਵੀ ਹੈ ਨਹੀਂਗਾ ਤੇ ਕੰਮ ਦਾ ਵੀ ਬਹੁਤਾ ਜੀ ਹਾਂਜੀ ਸਰ
ਇੱਕ ਹੋਰ ਵਧੀਆ ਆਈਟਮ ਲੈ ਕੇ ਆਏ ਆਪਾਂ ਕਾਰ ਚ ਰੱਖਣ ਵਾਸਤੇ ਕਿ ਆਪਾਂ ਰਾਤ ਬਰਾਤੇ ਕਿੱਥੋਂ ਬਾਹਰ ਅੰਦਰ ਟਰੈਵਲ ਤੋਂ ਆ ਰਹੇ ਹੁੰਦੇ ਆ, ਕਿੱਥੇ ਵੀ ਆ ਰਹੇ ਹੁੰਦੇ ਆ ਜਾਂ ਪਿੰਡਾਂ ਵਿੱਚ ਆ ਰਹੇ ਹੁੰਦੇ ਆ, ਅੱਧੀ ਰਾਤ ਨੂੰ ਆਪਾਂ ਕਈ ਵਾਰ ਕਿੱਥੋਂ ਆ ਰਹੇ ਹਾਂ ਤਾਂ ਆਪਾਂ ਨੂੰ ਕੋਈ ਕਾਰ ਪੈਂਚਰ ਵਾਲਾ ਨੀ ਮਿਲਦਾ ਜੇ ਕਈ ਵਾਰ ਬਾਈ ਚਾਂਸ ਕਿੱਥੇ ਕਾਰ ਪੈਂਚਰ ਹੋਏ ਹਾਈਵੇ ਤੋਂ। ਹਾਂਜੀ ਹਾਂਜੀ, ਤਾਂ ਆਪਾਂ ਤੁਹਾਡੇ ਵਾਸਤੇ ਲੈ ਕੇ ਕਾਰ ਪੈਂਚਰ ਕਿੱਟ ਜਿਹੜਾ ਤੁਸੀਂ ਆਪ ਈਜ਼ੀਲੀ ਆਪ ਖੁਦ ਯੂਜ਼ ਕਰ ਸਕਦੇ ਹੋ ਆਪਣੀ ਕਾਰ ਦੇ ਵਿੱਚ। ਅਸੀਂ ਦੇਖਦੇ ਰਹਿਣਾ ਪੈਂਚਰ ਲੱਗਦੇ ਤਾਂ ਕਿਵੇਂ ਲੱਗਦੇ ਨੇ ਜੀ, ਬਸ ਇਹ ਕਿੱਟ ਤੁਸੀਂ ਗੱਡੀ ਚ ਰੱਖੋ, ਹਵਾ ਹੋਵਾ ਤਾਂ ਜੀ ਉਹ ਹੱਥਾਂ ਵਾਲਾ ਪੰਪ ਵੀ ਹੁੰਦਾ ਜਾਂ ਕਿਸੇ ਪੈਟਰੋਲ ਪੰਪ ਤੇ ਪੰਪ ਵੀ ਮਿਲ ਜਾਏਗਾ ਸਾਡੇ ਕੋਲ। ਹਾਂਜੀ ਹਾਂਜੀ, ਹਲੋ ਜੀ, ਤੁਹਾਡਾ ਮਸਲਾ ਹੱਲ ਕਰਦਾ, ਹਾਂ ਵੀ ਹੱਲ ਕਰਦਾ, ਪੰਪ ਵੀ ਮਿਲ ਜਾਏਗਾ, ਇਹ ਪੈਰ ਨਾਲ ਦੱਬੋ ਤੇ ਹਵਾ ਭਰ ਲਓ ਗੱਡੀ, ਹਵਾ ਭਰ ਲਓ, ਤੁਹਾਡਾ ਗੱਡੀ ਚੱਲਦੀ ਹੋ ਗਈ, ਡੰਗ ਸਰਦਾ ਹੋ ਗਿਆ, ਘਰੇ ਵੜਦੇ ਹੋ ਗਏ ਜੀ। ਇਸ ਦਾ ਜੋ ਰੇਟ ਹੈਗਾ ਕਾਰ ਪੈਂਚਰ ਕਿੱਟ ਦਾ ਸਿਰਫ 100 ਰੁਪਏ। 100 ਰੁਪਏ? ਸਿਰਫ 100? ਪੱਕੀ ਗੱਲ ਹੈ ਜੀ? ਪੱਕੀ ਗੱਲ, ਜਮਾ ਪੱਕੀ ਗੱਲ ਹੈ। ਸਿਰੇ ਦੀ ਚਾਹ ਪੀ ਕੇ ਆਏ ਹੋ? ਪੀ ਕੇ ਆਏ ਜਮਾ, ਬਿਲਕੁਲ। ਆ ਤਿੰਨ ਪੈਂਚਰ ਜਿਹੜੇ ਪੰਜਾਬ ਦੇ 150 ਦਾ ਪੈਂਚਰ ਲੱਗਦੇ ਨੇ ਜੀ, ਆ ਸਕੂਲ ਡਰਾਈਵਰ ਅੱਡ ਰਹਿ ਗਏ, ਸਲੋਚਨਾ ਲੱਗ ਰਹਿ ਗਿਆ, ਆ ਚੀਜ਼ਾਂ ਲੱਗ ਰਹਿ ਗਿਆ, ਇਹ ਫ੍ਰੀ ਚ ਨੇ, ਨਾਲੇ 50 ਰੁਪਏ ਫੇਰ ਸਾਨੂੰ ਹੋਰ ਦੇ ਰਹੇ ਨੇ ਇੱਕ ਤਰ੍ਹਾਂ ਦੇ। ਜਿਹੜਾ ਕੱਲੇ ਪੈਂਚਰ 150 ਦੇ, ਇੱਥੇ ਕੀ ਆ, ਇੱਥੇ ਸਾਰਾ ਕੁਝ 100 ਰੁਪਏ ਦਾ। ਮੈਂ ਤਾਂ ਹੀ ਪੁੱਛਿਆ ਵੀ ਚਾਹ ਪੀ ਲਈ ਬਾਈ ਸਮਿਤ ਜੀ ਨੇ, ਕਿਤੇ ਭੁੱਲ ਕੇ ਕਹੀ ਜਾਂਦੇ ਹੁਣ। ਹਾਂਜੀ ਸਰ, ਇਹਦੀ ਫੁੱਟ ਪੰਪ ਦੀ ਕੀਮਤ ਹੈਗੀ ਸਿਰਫ 350 ਰੁਪਏ, ਸਿਰਫ 350 ਜੀ। ਇਹਨੂੰ ਇੱਕ ਵਾਰੀ ਆਪਾਂ ਦਰਸ਼ਨ ਕਰਾ ਦਈਏ ਜੀ, ਤਾਂ ਜੋ ਪਤਾ ਲੱਗ ਜਾਏ ਵੀ ਕਿਹੋ ਜਿਹਾਗਾ। ਲਓ ਜੀ, ਇਹਦਾ ਆਹ ਲੋਕ ਆ, ਗੱਡੀ ਤੇ ਲਾਓ ਨਾਲ। ਹੋਰ ਵੱਡੀ ਗੱਲ, ਨਾਲ ਤੁਹਾਨੂੰ ਗੇਜ ਵੀ ਲੱਗੀ ਹੋਈ ਆ, ਪ੍ਰੈਸ਼ਰ ਦੱਸਿਆ ਕਿੰਨੇ ਵੀ ਹਵਾ ਕਿੰਨੀ ਪੈ ਗਈ, ਕਿੰਨੀ ਪੈ ਗਈ, ਤੁਸੀਂ ਪੈਰ ਨਾਲ ਬਸ ਹਵਾ ਪੈ ਜੂਗੀ, ਤੇ ਆਹ ਤੁਹਾਨੂੰ ਦੱਸ ਦੋ ਵੀ ਕਿੰਨੀ ਪੈ ਗਈ। ਆਪਾਂ 35 ਕ ਰੱਖਦੇ ਹੁੰਦੇ ਆ, ਇਹਨੇ ਵੱਧ ਘੱਟ ਵੀ ਆਪਾਂ ਨੂੰ ਦੱਸ ਦੂਗਾ ਵੀ ਭਾਈ ਹੁਣ ਵੱਧ ਪੈ ਗਈ ਜਾਂ ਘੱਟ ਰਹੇਗੀ, ਹੈ ਨਾ ਜੀ। ਸੋ ਬਹੁਤ ਵਧੀਆ ਚੀਜ਼ਾਂ ਨੇ, ਬਹੁਤ ਹੀ ਕੰਮ ਦੀਆਂ ਨੇ। ਤੁਸੀਂ ਮਤਲਬ ਕਿ ਵੀ ਇਹ ਚੀਜ਼ਾਂ ਨਾਲ ਰੱਖ ਕੇ, ਇਹ ਸੇਫਟੀ ਵਾਲੀਆਂ ਚੀਜ਼ਾਂ ਨੇ, ਸੇਫਟੀ ਵਾਲੀਆਂ ਚੀਜ਼ਾਂ, ਇਹ ਤਾਂ ਰਾਤ ਬਰਾਤ ਦੇ ਕੰਪਲਸਰੀ ਆਈਟਮ ਹੈ ਜੋ ਕਾਰ ਦੇ ਵਿੱਚ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਸੇਫਟੀ ਦੇ ਨਾਲ ਨਾਲ ਇੱਕ ਸੇਫਟੀ ਚੀਜ਼ ਆਪਾਂ ਹੋਰ ਦਿਖਾ ਦਈਏ ਜਿਹੜੀ ਉਹ ਵੀ ਗੱਡੀ ਚ ਬਹੁਤ ਜ਼ਰੂਰੀ ਚਾਹੀਦੀ ਆ। ਬਿਲਕੁਲ ਜੀ, ਜੇ ਤੁਸੀਂ ਮਾਰਨਿੰਗ ਵਾਕ ਕਰਦੇ ਹੋ ਕਿਤੇ ਵੇਲੇ ਕੁ ਵੇਲੇ ਜਾ ਰਹੇ ਹੋ, ਉਹੀ ਗੱਲ ਮੇਰੀ ਕਹਿਣ ਦੀ ਗੱਲ ਕਿ ਰਾਤ ਬਰਾਤ ਜੇ ਆਪਾਂ ਇਕੱਲੇ ਆ ਰਹੇ ਹਾਂ। ਇੱਕ ਹੋਰ ਗੱਲ ਹੈ ਜੀ, ਇੱਕ ਗੱਲ ਹੋਰ ਆ, ਇਹ ਵੀ ਅਸੀਂ ਰੀਲਾਂ 'ਚ ਦੇਖਦੇ ਹੁੰਦੇ ਆ, ਐਂ ਖੁੱਲ ਗਈ, ਠੀਕ ਹੈ ਜੀ, ਇਹਦਾ ਲੋਕ ਪੈ ਜਾਂਦੇ ਨੇ ਐਂ ਜਦੋਂ ਝੂਟਾ ਮਾਰਦੇ ਆ, ਦੱਬ ਕੇ ਇੱਥੇ ਜਗ੍ਹਾ ਘੱਟ, ਦੱਬ ਕੇ ਨਹੀਂ ਮਾਰਿਆ, ਇਸ ਕਰਕੇ ਇਹ ਖੜ ਜਾਂਦੇ, ਫਿਰ ਚਾਹੇ ਜਿੰਨਾ ਮਰਜ਼ੀ ਵਾਧੋ ਜੀ, ਇਹ ਕੁੱਤਾ ਬਿੱਲਾ ਜੀ, ਚਾਹੇ ਕੁੱਤੇ ਬਿੱਲੇ ਦੂਜੇ ਨੇ, ਕੁਛ ਹੀ ਹੈ ਜਿਹੜੇ ਤੁਹਾਨੂੰ ਪਰੇਸ਼ਾਨ ਕਰਦੇ ਨੇ, ਉਹਨਾਂ ਦੀ ਸੇਵਾ ਕਰਨ ਲਈ ਇਹ ਦਾ ਬੈਸਟ ਆ, ਗੱਡੀ 'ਚ ਰੱਖਣੀ ਚਾਹੀਦੀ ਹੈ। ਇਹਨਾਂ ਦੇ ਨਾਲ ਨਾਲ ਆਹ ਪੱਕਾ ਪੈਂਚਰ ਵੀ ਤੁਸੀਂ ਗੱਡੀ 'ਚ ਰੱਖੋ, ਇਹ ਵੀ ਲਾਉਣਾ ਪੈ ਸਕਦਾ, ਲਾਉਣਾ ਪੈ ਸਕਦਾ। ਆ ਦੇਖੋ, ਇਹ ਤਾਂ ਹੈ ਕਿ ਜਿਵੇਂ ਆਪਾਂ ਮੋਰਨਿੰਗ ਵਾਕ ਕਰਦੇ ਆ, ਕੁੱਤੇ ਤੰਗ ਕਰਦੇ ਆ, ਜਾਂ ਰਾਤ ਨੂੰ ਆਪਾਂ ਰਾਤ ਰਾਤੇ ਡਰ ਲੱਗਦਾ ਗੱਡੀ 'ਚ ਇਕੱਲੇ ਆ ਰਹੇ ਹੁੰਦੇ, ਖਤਰਾ ਹੁੰਦਾ, ਕੁਛ ਵੀ ਹੁੰਦਾ, ਮੋਟਰਸਾਈਕਲ ਬਾਈਕ ਤੇ ਵੀ ਕੁਛ ਨਹੀਂ, ਸਿਰਫ 300 ਰੁਪਏ ਦੀ ਗੱਲ ਹੈ, ਪਰ ਸੇਫਟੀ ਤੁਹਾਡੀ ਬਹੁਤ ਜ਼ਿਆਦਾ ਹੈ। ਬਿਲਕੁਲ ਜੀ, ਇਹਦੀ ਹੁਣ ਆ ਜੁਲਾਈ ਦਾ ਮਹੀਨਾ, 1 ਜੁਲਾਈ 2 ਜੁਲਾਈ ਹੋ ਗਈ ਅੱਜ, ਇਹਦੇ ਨਾਲ ਹੁਣ ਆਪਾਂ ਟੈਂਸ ਖੇਡਿਆ ਕਰਾਂਗੇ ਮੱਛਰ ਮੱਖੀ ਨਾਲ। ਆ ਵੀ ਮਿੱਤਰਾ ਹਨਾ ਜੀ, ਤੁਹਾਡੇ ਲਈ ਇਹ ਵੀ ਘਰੇ ਹੁਣ ਆ ਮਹੀਨਿਆਂ ਚ ਜ਼ਰੂਰੀ ਹੈਗਾ। ਇਹਦਾ ਰੇਟ ਕੀ ਹੈ ਜੀ? ਸਿਰਫ 300 ਰੁਪਏ ਜੀ, ਇਹ ਵੀ 300 ਦਾ ਜੀ। ਰੇਟਾਂ ਦਾ ਵੀ ਵੀਰ ਜੀ ਕਮਾਲ ਕਰੀ ਜਾਂਦੇ ਨੇ, ਸਾਡੇ ਕੋਲ ਬੱਚਿਆਂ ਦੀ ਬੋਟਲਸ ਮਿਲ ਜਾਣਗੀਆਂ ਜੀ, ਆ ਦੇਖੋ ਐਵੇਂ ਜਿਵੇਂ ਵੀ ਮਰਜ਼ੀ ਯੂਜ਼ ਲੈ, ਸਿੱਪਰ ਲੈ ਸਕਦੇ ਹੋ ਬੱਚਿਆਂ ਦਾ, ਬਿਲਕੁਲ ਜੀ, ਬਿਲਕੁਲ ਨੋਰਮਲ ਵਾਟਰ, ਹੌਟ ਐਂਡ ਕੋਲਡ ਵਾਟਰਸ ਲੈ ਸਕਦੇ ਹੋ, ਤੇ ਉਸ ਤੋਂ ਬਾਅਦ ਇੱਕ ਛੋਟੀ ਮਿਕਸੀ, ਹਾਂ ਬਾਈ ਜੀ ਨੂੰ ਪਹਿਲਾਂ ਦਿਖਾ ਕੇ ਹਟਿਆ, ਕਹਿੰਦੇ ਯਾਰ ਇਹ ਤਾਂ ਆਈਟਮ ਹੀ ਤੇਰੀ ਬਹੁਤ ਸੋਹਣੀ ਲੱਗੀ, ਆ ਜੀ ਮੈਨੂੰ ਬੜੀ ਘੈਂਟ ਲੱਗੀ ਜੀ, ਮਤਲਬ
ਪਲੱਗ ਲਓ ਬਟਨ ਦਾ ਬੱਚਿਆਂ ਜੀ ਕੰਮ ਹੋ ਗਿਆ। ਰੇਟ ਵੀ ਕੋਈ ਜ਼ਿਆਦਾ ਨਹੀਂ, ਬਿਲਕੁਲ ਸਿਰਫ ਰੀਜ਼ਨੇਬਲ ਰੇਟ 550 ਰੁਪਏ। ਅੱਛਾ ਜੀ, ਸਿਰਫ 550। ਮੈਂ ਤਾਂ ਐ ਕਹਿਣ ਲੱਗਿਆ ਸੀ ਵੀ 1000 ਵਾਲੀ ਬਾਈ 900 ਦੀ ਕਰ ਦਿਓ ਤੁਸੀਂ, ਤਾਂ ਜਮਾ ਹੀ ਨਜ਼ਾਰਾ ਲਿਆਤਾ, ਪੂਰਾ ਨਜ਼ਾਰਾ ਲਿਆਤਾ ਜੀ। ਆਹ ਲੈ 550 ਦੀ, ਕੀ 550 ਗਿਣਾਂਗੇ ਇਹਦੇ ਕੰਮ ਮੂਰੇ, ਇਹ ਕਲਾਸ ਕੰਮ ਆ ਜੀ ਇਹਦਾ। ਟਾਇਰ ਮਿਲ ਜਾਣਗੇ ਜੀ, ਏਅਰ ਡਰਾਇਰ ਜੀ, ਘਰਾਂ ਦੇ ਯੂਜ਼ ਕਰਨ ਵਾਸਤੇ, ਬਾਲਾਂ ਨੂੰ ਸੁਕਾਉਣ ਵਾਸਤੇ, ਸਿਰਫ 200 ਰੁਪਏ ਦੇ ਵਿੱਚ। ਲਓ ਜੀ 200 ਰੁਪਏ ਦੇ ਵਿੱਚ। ਬਾਕੀ ਇੱਕ ਗੱਲ ਦੱਸਦਾ ਵੀ ਸਾਰਾ ਸਮਾਨ ਅਸੀਂ ਦਿਖਾ ਨਹੀਂ ਸਕਦੇ, ਸਾਡਾ WhatsApp ਦੇ ਉੱਤੇ ਗਰੁੱਪ ਬਣਿਆ ਹੋਇਆ ਜੀ, ਤੁਸੀਂ ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ। ਉਸ ਦੇ ਵਿੱਚ ਅਸੀਂ ਪ੍ਰੋਪਰ ਵੀਡੀਓਜ਼ ਪਾਉਂਦੇ ਹਾਂ ਹਰੇਕ ਪ੍ਰੋਡਕਟ ਦੀ, ਮੰਨ ਲਓ ਜਿਵੇਂ ਇਹ ਪ੍ਰੋਡਕਟ ਹੈ ਕਿ ਕਿਵੇਂ ਵਰਕਆਊਟ ਕਰੇਗਾ, ਕਿਆ ਆਈਟਮ ਹੈ, ਕਿੰਨੇ ਦਾ ਰੇਟ ਹੈ ਜੀ, ਵਿਦ ਰੇਟ ਵਿਦ ਵੀਡੀਓ ਕਿ ਪ੍ਰੋਡਕਟ ਕਿਵੇਂ ਵਰਕ ਕਰੇਗਾ। ਤੁਸੀਂ ਜੁਆਇਨ ਕਰੋ ਸਾਰੇ, ਹਰ ਇੱਕ ਚੀਜ਼ ਜਿਹੜੀ ਨਵੀਂ ਆਈਟਮ ਆ ਉਹਦੀ ਵੀ ਜਾਣਕਾਰੀ ਤੁਹਾਨੂੰ ਉੱਥੇ ਮਿਲਦੀ ਰਹੂਗੀ। ਵਾਰੀ ਵਾਰੀ ਵੀਡੀਓ ਦੇਖਣ ਦੀ ਬਜਾਏ ਤੁਸੀਂ ਇਹਨਾਂ ਦੇ ਗਰੁੱਪ 'ਚ ਆ ਜਾਓ, ਤੁਹਾਨੂੰ ਚੀਜ਼ਾਂ ਮਿਲਦੀਆਂ ਰਹਿਣਗੀਆਂ, ਤੁਸੀਂ ਆਰਡਰ ਕਰਕੇ ਮੰਗਾਉਂਦੇ ਰਹੋ, ਜਿਹੜੀ ਜਿਹੜੀ ਨਵੀਂ ਆਈਟਮਸ ਹਰੇਕ ਗਰੁੱਪ ਦੇ ਵਿੱਚ ਰਹਿੰਦੀ ਰਹਿਣਗੀਆਂ, ਜੋ ਜੋ ਆਉਂਦੇ ਰਹਿੰਗੇ ਸਾਡੇ ਕੋਲ, ਜੋ ਜੋ ਨਵੀਂ ਆਈਟਮਸ ਰਹਿੰਦੇ, ਬੱਚਿਆਂ ਦੇ ਟੁਆਇਜ਼ ਮਿਲ ਜਾਣਗੇ, ਲੇਡੀਜ਼ ਆਈਟਮਸ ਬਹੁਤ ਮਿਲ ਜਾਣਗੀਆਂ, ਬਹੁਤ ਕੁਝ ਆਈਟਮਸ ਨੇ, ਕਲਰਫੁਲ ਆਈਟਮਸ ਨੇ, ਜਿਵੇਂ ਮਰਜ਼ੀ ਲੈ ਲਓ ਤੁਸੀਂ। ਆਹ ਵੇਖੋ ਆਟੋਮੈਟਿਕ ਟੂਥਪਿਕ ਡਿਸਪੈਂਸਰ। ਅੱਛਾ ਜੀ, ਮਤਲਬ ਇੱਥੇ ਬਟਨ ਲੱਗਿਆ ਹੋਇਆ ਇਸਦਾ, ਟੂਥਪਿਕ ਪਾਓ, ਫੰਕਸ਼ਨ ਹੈ ਕੁਝ ਵੀ ਯੂਜ਼ ਕਰੋ ਘਰਾਂ ਦੇ ਵਿੱਚ, ਆ ਲਓ ਇੱਥੋਂ ਬਟਨ ਲੱਭੀ ਜਾਓ, ਟੂਥਪਿਕ ਇੱਥੋਂ ਬਾਹਰ ਆਈ ਜਾਏਗੀ। ਆ ਵੀ ਜੀ ਸੋਹਣੀ ਹੈ ਜੀ, ਦੇਖੋ ਸੋਹਣੀ ਕਿੰਨੀ ਲੱਗੂ ਹਨਾ, ਜਿਆਦਾ ਮਤਲਬ ਡਾਈਨਿੰਗ ਟੇਬਲ ਦੇ ਉੱਤੇ ਜਾਂ ਟੇਬਲ ਦੇ ਉੱਤੇ ਪਈ ਹੋਵੇ, ਸੈਂਟਰ ਟੇਬਲ ਤੇ ਪਈ, ਸੋਹਣੀ ਅੱਡ ਜੀ ਆਈਟਮ ਲੱਗ ਰਿਹਾ ਕਿ ਕਿਆ ਰੱਖਿਆ ਹੈ। ਬਿਲਕੁਲ ਇਹਨਾਂ ਕੋਲੇ ਸਮਾਨ ਇੰਨਾ ਸਿਰਾ ਹੈਗਾ ਜੀ, ਵੀਡੀਓ ਬਹੁਤ ਲੰਮੀ ਜਾ ਰਹੀ ਆ, ਬਹੁਤ ਕੁਝ ਐਸਾ ਹੈਗਾ ਜਿਹੜਾ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ, ਪਰ ਇੰਟਰਸਟਿੰਗ ਹੈਗਾ, ਬਹੁਤ ਸੋਹਣਾ ਸੋਹਣਾ ਸਮਾਨ ਆ ਜੀ। ਤੁਸੀਂ ਸਕਰੀਨ ਤੇ ਨੰਬਰ ਦਿੱਤਾ ਹੈ, WhatsApp ਤੇ ਮੈਸੇਜ ਕਰ ਲਓ, ਜੁਆਇਨ ਕਰ ਲਓ ਤੇ ਕਾਲ ਕਰਕੇ ਪੁੱਛ ਲਓ ਵੀ ਕੀ ਕੁਛ ਆ। ਲੇਡੀ ਜੈਂਟਸ ਬੱਚਿਆਂ ਵਾਲਾ ਘਰੇ ਵਰਤਣ ਵਾਲੀ ਹਰ ਇੱਕ ਚੀਜ਼ ਤੁਹਾਨੂੰ ਬੈਸਟ ਬਾਏ ਵਾਲਿਆਂ ਦੇ ਮਿਲ ਜੂਗੀ। ਆਉਣਾ ਕਿੱਥੇ ਆ, ਪ੍ਰਤਾਪ ਨਗਰ 24 ਨੰਬਰ ਫਾਟਕ ਪਟਿਆਲਾ, ਨਹੀਂ ਫੋਨ ਕਰੋ ਤੇ ਤੁਹਾਨੂੰ ਕੈਸ਼ ਔਨ ਡਿਲੀਵਰੀ ਮਿਲੂਗੀ, ਘਰੇ ਸਮਾਨ ਆਇਆ ਤੇ ਪੈਸੇ ਗਏ, ਹੈ ਇਹ ਨਹੀਂ ਹੈਗਾ ਵੀ ਤੁਹਾਡੇ ਜੇਬ 'ਚੋਂ ਪੈਸੇ ਗਏ ਤੇ ਸਮਾਨ ਨਾ ਆਇਆ। ਸੋ ਬੇਨਤੀ ਆ, ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਹਰ ਇੱਕ ਦੇ ਕੰਮ ਦੀ ਵੀਡੀਓ ਇਹ ਹੋਰਾਂ ਤੱਕ ਵੀ ਤੁਹਾਡੇ ਵਾਂਗੂ ਪਹੁੰਚਣੀ ਚਾਹੀਦੀ ਆ। ਧੰਨਵਾਦ ਕਰਦੇ ਹਾਂ ਵੀਰ ਸਮਿਤ ਜੀ ਦਾ, ਜਿਨ੍ਹਾਂ ਨੇ ਪਿਆਰ ਦਿੱਤਾ, ਸਮਾਂ ਦਿੱਤਾ, ਤੇ ਧੰਨਵਾਦ ਕਰਦੇ ਹਾਂ ਤੁਹਾਡਾ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ। ਸਤਿ ਸ਼੍ਰੀ ਅਕਾਲ।